कैबिनेट मंत्री सुखजिंदर सिंह रंधावा ने एक बार फिर अपनी ही सरकार ते सवाल चुके ने, आख्या मुख्यमंत्री नाल साडी कोई निजी लड़ाई नहीं है, पर पंजाब दे मुद्दयां करके असीं उन्हां तों सवालां दे जवाब मंगदे आं। नाभा दी मैक्सिम सिक्योरिटी जेल विच पंजाब दे जेल मंत्री सुखजिंदर सिंह रंधावा पहुंचे सन ते एक बार फिर उन्हां ने अपनी ही सरकार ते सवाल चुके ने। रंधावा ने कहा कि कैप्टन अमरिंदर सिंह ने सरकार बनन तों पहलां जो जनता दे नाल वादे कीते सी, चाहे बरगाड़ी मोर्चा होवे, बेअदबी मामला होवे ते होर मुद्दयां नूं लै के जो सरकार ने वादे कीते सन ਉਹ ਉਹਨਾਂ ਉੱਤੇ ਖਰੀ ਨਹੀਂ ਉਤਰੀ ਅਤੇ ਸਾਡੇ ਤੋਂ ਲੋਕ ਜਵਾਬ ਮੰਗ ਰਹੇ ਨੇ। ਅਸੀਂ ਸਰਕਾਰ ਕੈਪਟਨ ਦੇ ਖਿਲਾਫ ਨਹੀਂ ਆ, ਜੋ ਕੈਪਟਨ ਨੇ ਵਾਅਦੇ ਕੀਤੇ ਸਨ ਅਸੀਂ ਉਹਨਾਂ ਦਾ ਜਵਾਬ ਮੰਗਦੇ ਹਾਂ। ਨਾਭਾ ਦੀ ਮੈਕਸਿਮ ਸਿਕਿਉਰਿਟੀ ਜੇਲ੍ਹ ਦੇ ਵਿੱਚ ਦੌਰਾ ਕਰਨ ਉਪਰੰਤ ਕਿਹਾ ਕਿ ਨਾਭਾ ਦੀ ਮੈਕਸਿਮ ਸਿਕਿਉਰਿਟੀ ਜੇਲ੍ਹ ਜੋ 100 ਸਾਲਾਂ ਤੋਂ ਵੱਧ ਪੁਰਾਣੀ ਹੈ ਅਤੇ ਜੇਲ੍ਹ ਅੰਦਰ ਕਈ ਏਰੀਏ ਦੀਆਂ ਕੰਧਾਂ ਜਿਹੜੀਆਂ ਖਰਾਬ ਹੋ ਗਈਆਂ ਨੇ, ਉਹਨਾਂ ਨੂੰ ਹੈਰੀਟੇਜ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਵੇਖਣ ਆਇਆ ਤਾਂ ਜੋ ਇਹਨਾਂ ਦੀ ਸਾਂਭ ਸੰਭਾਲ ਕਿਵੇਂ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਪੁਰਾਣੇ ਇਤਿਹਾਸ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ। ਕਾਂਗਰਸ ਦੇ ਵਿੱਚ ਚੱਲ ਰਹੇ ਅੰਦਰੂਨੀ ਕਲੇਸ਼ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਨੀਆ ਗਾਂਧੀ ਦੇ ਨਾਲ ਹੋਈ ਮੀਟਿੰਗ ਅਤੇ ਕਈ ਮੰਤਰੀਆਂ ਦੀ ਛੁੱਟੀ ਹੋਣ ਸੰਬੰਧੀ ਪੁੱਛਣ ਤੇ ਜੇਲ੍ਹ ਮੰਤਰੀ ਨੇ ਕਿਹਾ ਕਿ ਇਹ ਤਾਂ ਸੋਨੀਆ ਗਾਂਧੀ ਜਾਂ ਮੁੱਖ ਮੰਤਰੀ ਹੀ ਦੱਸ ਸਕਦੇ ਨੇ ਕਿ ਕਿਹਦੀ ਛੁੱਟੀ ਹੋਣੀ ਹੈ ਅਤੇ ਕਿਹਨੂੰ ਮੰਤਰੀ ਬਣਾਇਆ ਜਾਣਾ ਹੈ। ਸੁਖਜਿੰਦਰ ਸਿੰਘ ਰੰਧਾਵਾ ਤੋਂ ਜਦੋਂ ਪੁੱਛਿਆ ਗਿਆ ਕਿ ਬਿਜਲੀ ਸਪਲਾਈ ਦੇਣ ਦੇ ਵਿੱਚ ਪੰਜਾਬ ਸਰਕਾਰ ਫੇਲ ਹੋ ਚੁੱਕੀ ਹੈ ਤਾਂ ਜੇਲ੍ਹ ਮੰਤਰੀ ਨੇ ਕਿਹਾ ਕਿ ਫੇਲ ਨਹੀਂ ਕਹਿ ਸਕਦੇ, ਮਿਸਮੈਨੇਜਮੈਂਟ ਕਰਕੇ ਦਿੱਕਤ ਆ ਰਹੀ ਹੈ। ਜੇਲ੍ਹ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਸਾਡੀ ਕੋਈ ਨਿੱਜੀ ਲੜਾਈ ਨਹੀਂ ਹੈ, ਪਰ ਪੰਜਾਬ ਦੇ ਮੁੱਦਿਆਂ ਕਰਕੇ ਅਸੀਂ ਉਹਨਾਂ ਤੋਂ ਸਵਾਲਾਂ ਦੇ ਜਵਾਬ ਮੰਗ ਰਹੇ ਹਾਂ। ਕਲੇਸ਼ ਕੋਈ ਨਹੀਂਗਾ, ਸਾਡੀ ਜਿਹੜੀ ਇਸ਼ੂ ਬੇਸਡ ਗੱਲਾਂ ਨੇ ਤੇ ਜਿਹੜੇ ਬਰਗਾੜੀ ਦਾ ਇਸ਼ੂ ਆ, ਉਹਦੇ ਬਾਅਦ PPA ਜਿਹੜੇ ਹੋਏ ਸੀਗੇ ਉਹਦੇ 'ਚ ਅਸੀਂ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਬਿਜਲੀ ਜਿਹੜੀ ਆ ਉਹਦੇ 'ਤੇ ਇਨਸਾਫ ਦਿੱਤਾ ਜਾਏਗਾ, ਬਿਜਲੀ ਪੂਰੀ ਦਿੱਤੀ ਜਾਏਗੀ। ਜਿਹੜੀ ਸਟੇਟ ਸੁਖਬੀਰ ਬਾਦਲ ਕਹਿੰਦਾ ਸੀ ਕਿ ਸਰਪਲਸ ਪਾਵਰ ਸਟੇਟ ਆ, ਉਹ ਸਰਪਲਸ ਕਿੱਥੇ ਗਿਆ, ਉਹਦਾ ਸਾਰੀਆਂ ਚੀਜ਼ਾਂ 'ਤੇ ਜਿਹੜੀ STF ਦੀ ਜਿਹੜੀ ਰਿਪੋਰਟ ਆ ਉਹ ਜਿਹੜੀ ਪਈ ਆ, ਇਹਨਾਂ ਬਾਰੇ ਸਾਡੀ ਕੋਈ ਪਰਸਨਲ ਜਾਂ ਕੋਈ ਪਰਸਨੈਲਿਟੀ ਵਾਈਜ਼ ਸਾਡਾ ਕੋਈ ਉਹਦੇ 'ਚ ਨਹੀਂ, ਕਿਸੇ ਨੂੰ ਚੇਂਜ ਕਰਦੀ ਨਹੀਂ, ਕਿਸੇ ਨੂੰ ਨਵੇਂ ਨੂੰ ਲੈ ਕੇ ਆਉਂਦੀ ਨਹੀਂ। ਸਾਡੀ ਇਹ ਕਿ ਜੋ ਲੋਕਾਂ ਨਾਲ ਵਾਅਦੇ ਕੀਤੇ ਨੇ, ਜੋ ਲੋਕਾਂ ਨਾਲ ਗੱਲਾਂ ਕਰਕੇ ਵੋਟਾਂ ਲਈਆਂ ਗਈਆਂ ਨੇ ਉਹਨਾਂ ਦਾ ਜਾ ਕੇ ਦੱਸਣਾ ਪਏਗਾ। ਫੇਲ ਇਹਨੂੰ ਫੇਲ ਨਹੀਂ ਕਹਿ ਸਕਦਾ, ਇਹਨੂੰ ਮਿਸਮੈਨੇਜ ਕਹਿ ਸਕਦਾ ਕਿ ਮਿਸਮੈਨੇਜਮੈਂਟ ਜਿਹੜੀ ਆ ਉਹ ਹੀ ਆ, ਜੇ ਮੈਨੇਜ ਠੀਕ ਤਰੀਕੇ ਨਾਲ ਕੀਤਾ ਜਾਂਦਾ ਤਾਂ ਇਹ ਚੀਜ਼ ਨਾ।